ਇਸ ਗੱਡੀ ਜੋ ਹੈ ਪੀ ਵੀ 10 ਡੀ 95-83 ਨੰਬਰ ਸਵਿਫਟ ਗੱਡੀ ਹੈ। ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਰੋਡੇ ਨਗਰ ਵਿੱਚ ਸਟੇਡੀਅਮ ਕੋਲ ਪਹੁੰਚ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੌਜੂਦਾ ਡਿਪਟੀ ਮੁੱਖ ਮੰਤਰੀ ਇਸ ਮੈਚ ਨੂੰ ਅਤੇ ਟੂਰਨਾਮੈਂਟ ਨੂੰ ਹੋਰ ਰੌਣਕਾਂ ਵਧਾਉਣ ਅਤੇ ਉਸ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਨ ਤੇ ਵਧਾਈ ਦੇਣ ਵਾਸਤੇ ਅਤੇ ਰੋਡੇ ਨਗਰ ਦਾ ਮੇਲਾ ਵੇਖਣ ਵਾਸਤੇ ਸਾਡੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਪਹੁੰਚ ਚੁੱਕੇ ਆ। ਲਓ ਜੀ ਦਾ ਮੈਚ ਸ਼ੁਰੂ ਹੋ ਚੁੱਕਾ ਹੈ। ਆਪਾਂ ਕਬੱਡੀ ਦੇ ਮੈਚ ਨਾਲ ਜੁੜੀਏ। ਹਰਜੀਤ ਮੈਰ ਪਰਿਵਾਰ ਕਲੱਬ ਜਗਰਾਉਂ ਦੀ ਟੀਮ ਜਿਹੜੀ ਆ ਇਹ ਟੀਮ ਰੋਡੇ ਸਾਈਡ ਤੇ ਆ। ਆ ਗੱਭਰੂ ਮੱਖਣ ਗੋਸ਼ੀਆਂ ਵਾਲਾ ਜੱਗੀ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਹੁਤ ਹੀ ਕੀਤੇ ਬਿਹਤਰ ਸੋਚ ਜਿਹਨਾਂ ਨੇ ਕਬੱਡੀ ਦੀ ਬਾਂਹ ਫੜੀ ਹੈ ਔਰ ਬਹੁਤ ਹੀ ਸ਼ਕਾਰਜੋਸ਼ੀ ਜਿਹੜੀ ਆਪਣੇ ਪੰਜਾਬ ਦੀ ਤਰ੍ਹਾਂ ਦਾ ਕਬੱਡੀ ਦੇ ਰਖਵਾਲੇ ਹੈ। ਇਹਨਾਂ ਨੇ ਕਬੱਡੀ ਨੂੰ ਵੱਡਾ ਮਾਣ ਬਖਸ਼ਿਆ। ਵਰਲਡ ਕਬੱਡੀ ਕੱਪ ਪਾਇਆ ਤੇ ਖੇਡ ਦਾ ਮੁੱਲ ਪੈ ਗਿਆ ਕਰੋੜਾਂ ਦੀ ਕਬੱਡੀ ਇਹਨਾਂ ਨੇ ਕਰੋੜਾਂ ਦੀ ਕੀਤੀ। ਅਸੀਂ ਸਾਰੀ ਕਮੇਟੀ ਵੱਲੋਂ ਔਰ ਨਗਰ ਵੱਲੋਂ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਸ਼੍ਰੋਮਣੀ ਅਕਾਲੀ ਦਲ ਦੇ ਥੰਮ ਅੱਜ ਦਿਨ ਸਾਡੇ ਬਿਨਾਂ ਪਹੁੰਚ ਚੁੱਕੇ ਨੇ। ਵੱਡੀ ਸੋਚ ਬਿਹਤਰ ਸੋਚ ਇਹਨਾਂ ਦੀ ਕਬੱਡੀ ਲਈ ਬਹੁਤ ਵੱਡੀ ਸੋਚ ਹੈ। ਹਾਂਜੀ ਧੰਨਵਾਦ ਕਰਦੇ ਸਰਪੰਚ ਸਰਦਾਰਾ ਨਛੱਤਰ ਸਿੰਘ ਜੀ ਇਸੇ ਨਗਰ ਦੇ ਮੌਜੂਦਾ ਸਰਪੰਚ ਨੇ ਬਹੁਤ ਸਾਹਮਣੇ ਭਿੰਦਰ ਉੱਪਰ ਆਵੇ ਮੂਵੀ ਕੈਮਰਾ ਲੈ ਕੇ ਭਿੰਦਰ ਨੂੰ ਬੇਨਤੀ ਆ ਵੀ ਉਹ ਉੱਪਰ ਆਵੇ। ਅੱਛਾ ਸਾਹਮਣੇ ਦੇਖਦਾ ਵੀ ਗੱਭਰੂ ਬੂਟਾ ਦੌਦਰ ਪਿੰਡ ਵਾਲਾ ਗੱਭਰੂ ਮਾਲੇ ਵਾਲਾ ਪਾਲ ਤੇ ਬੂਟਾ ਦੌਦਰ ਦੇ ਪਤਲੇ ਸਰੀਰਾਂ ਦੇ ਹੱਥ ਲਾ ਕੇ ਜਾਂਦੇ ਪੱਤਿਆਂ ਨੂੰ ਜੀਤ ਦੇ ਔਰ ਗੱਭਰੂ ਜਿੰਦਾ ਮਲਕ ਦੀ ਧਰਤੀ ਬਹੁਤ ਹੀ ਸ਼ਾਨਦਾਰ ਜਫਾ ਲਾ ਕੇ ਆਪਣੀ ਟੀਮ ਦੇ ਸਿਆਕ ਜੋੜਦਾ ਹੈ ਔਰ ਜਿਹਦੇ ਵੀ ਸਟੈਂਸ ਵਿੱਚ ਚੈਨੇ ਦੇ ਚੰਡੇ ਹੋਏ ਔਰ ਦੂਸਰੀ ਕਬੱਡੀ ਫਿਰ ਪੈਣ ਦੇ ਲੱਗੀ। ਆ ਗੱਭਰੂ ਦੌਦਰ ਪਿੰਡ ਵਾਲਾ ਫਿਰ ਅੱਗੇ ਵਾਸਤੇ ਕਬੱਡੀ ਪਾਉਂਦਾ ਹੈ। ਇੱਕ ਪਾਸੇ ਬਿੰਦਰ ਖੜਾ ਹੈ ਨਿੱਕਾ ਮੋਰ ਨੀ ਜਫਾ ਮਾਰੇਗਾ ਜਾਂ ਫਿਰ ਲਲਿਆਂ ਵਾਲਾ ਗੱਭਰੂ ਕਮਾਲ ਕਰਦਾ ਹੈ ਚਾਰ ਦੀ ਸਾਹਮਣੇ ਖੜੇ। ਆਹ ਗੱਭਰੂ ਕਿਹੜਾ ਸ਼੍ਰੀ ਮਾਂ ਦਾ ਬੱਬਰ ਸ਼ੇਰ ਪੁੱਤਰ ਔਰ ਸਾਡੇ ਦਰਮਿਆਨ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਇਸ ਕਬੱਡੀ ਦੀ ਬਾਂਹ ਫੜੀ ਕਬੱਡੀ ਦਾ ਮੁੱਲ ਪਾਏ ਰੋੜਾ ਤੇ ਖੇਡੀ ਹੋਈ ਕਬੱਡੀ ਅੱਜ ਕਰਤੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਤੇ ਵਿਦੇਸ਼ਾਂ ਚੋਂ ਆਏ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਮਨੀਲਾ ਤੋਂ ਸਾਰਿਆਂ ਵੱਲੋਂ ਮੈਂ ਬੇਨਤੀ ਕਰੋ ਰਾਮਪੁਰ ਖੇੜਾ ਦੇ ਮਸ਼ਹੂਰ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਦੇ ਛੋਟੇ ਭਰਾਤਾ ਭਾਈ ਹਰਵਿੰਦਰ ਸਿੰਘ 3 ਕੁ ਮਿੰਟ ਵਾਸਤੇ ਬਾਹਰਲੀਆਂ ਸੰਗਤਾਂ ਵੱਲੋਂ
ਸੀਐਮ ਸਾਹਿਬ ਨੂੰ ਜੀਵਾ ਕਹਿਣਗੇ ਭਾਈ ਹਰਵਿੰਦਰ ਸਿੰਘ ਜੀ। ਪਰਮ ਸਤਿਕਾਰਯੋਗ ਸਰ ਸੁਖਬੀਰ ਸਿੰਘ ਜੀ ਬਾਦਲ, ਉਹਨਾਂ ਨਾਲ ਆਏ ਹੋਏ ਸਮੂਹ ਸੱਜਣੋ ਤੇ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਂ ਅਰਦਾਸਾਂ ਵਿੱਚ ਹਰ ਰੋਜ਼ ਪੁਕਾਰੇ ਜਾਂਦੇ ਨੇ, ਜਿਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਬੋਲੇ ਜੈਕਾਰੇ ਜਾਂਦੇ ਨੇ। ਪਰਵਾਨ ਉਹ ਹੀ ਹੁੰਦੇ ਨੇ ਜੋ ਧਰਮ ਤੋਂ ਬਾਹਰੇ ਜਾਂਦੇ ਨੇ, ਜੋ ਚੰਦ ਸ਼ਹੀਦੀ ਬੇੜੇ ਤੇ ਉਹ ਪਾਰ ਉਤਾਰੇ ਜਾਂਦੇ ਨੇ। ਸਮੇਂ ਦੀਆਂ ਹਕੂਮਤਾਂ ਧਰਮੀਆਂ ਨੂੰ ਖਤਮ ਕਰਨ ਲਈ ਪਹਿਲਾਂ ਵੀ ਯਤਨ ਕਰਦੀਆਂ ਰਹੀਆਂ, ਹੁਣ ਵੀ ਕਰ ਰਹੀਆਂ, ਔਰ ਸਿੱਖ ਕੌਮ ਨਾਲ ਵੀ ਇਹੋ ਕੁਝ ਵਾਪਰਿਆ। 1984 ਵਿੱਚ ਵੀ ਕਾਂਗਰਸ ਦੀ ਸਰਕਾਰ ਦੀ ਹਕੂਮਤ ਨੇ ਜਿੱਥੇ ਦੁੱਧ ਚੌਂਕ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ, ਬੀਬੀਆਂ ਨੂੰ, ਸ਼ਰਧਾਲੂ ਸੰਗਤਾਂ ਨੂੰ ਸ਼ਹੀਦ ਕੀਤਾ, ਔਰ ਉੱਥੇ ਸਿੱਖ ਕੌਮ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ, 20ਵੀਂ ਸਦੀ ਦੇ ਮਹਾਨ ਸਿੱਖ ਜਨਰਲ ਸ਼ੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਦੇ ਅਕਾਲ ਤਖਤ ਨੂੰ ਸ਼ਹੀਦ ਕਰਕੇ ਜੋ ਭਾਜੀ ਸਿੱਖ ਕੌਮ ਤੇ ਨਵੀਂ ਪਾਈ, ਇਹ ਸੋਚ ਰਹੇ ਸੀ ਕਿ ਸ਼ਾਇਦ ਅਸੀਂ ਜਿੱਤ ਪ੍ਰਾਪਤ ਕਰ ਲਈ। ਕੁਝ ਸਿਰ ਵੱਢ ਕੇ ਮੈਨੂੰ ਵਾਂਗੂ ਹੱਸ ਰਹੀ ਸੀ ਦਿੱਲੀ, ਇਹ ਨਾ ਜਾਣੇ ਸਿੰਘ ਮਕਾਉਂਦੇ ਮੁੱਕ ਗਈਆਂ ਸਰਕਾਰਾਂ, ਸੰਤਾਂ ਨੂੰ ਸਰੀਰਕ ਤੌਰ ਤੇ ਖਤਮ ਕਰ ਦਿੱਤਾ, ਪਰ ਉਹ ਹਰ ਸਿੱਖ ਦੇ ਦਿਲ ਵਿੱਚ ਵੱਸ ਗਏ। ਹਰ ਸਿੱਖ ਨੇ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਗਲਾਂ ਵਿੱਚ ਪਾ ਲਈਆਂ, ਆਪਣੀਆਂ ਕਾਰਾਂ 'ਤੇ ਉਹਨਾਂ ਦੀਆਂ ਫੋਟੋਆਂ ਲਾ ਲਈਆਂ, ਉਹਨਾਂ ਦੇ ਨਾਂ 'ਤੇ ਯਾਦਗਾਰਾਂ ਬਣ ਗਈਆਂ, ਉਹਨਾਂ ਦੇ ਨਾਂ 'ਤੇ ਟੂਰਨਾਮੈਂਟ ਹੋ ਰਹੇ ਨੇ। ਅਜਿਹੇ ਮਨੁੱਖ ਜਿਵੇਂ ਗੁਰਬਾਣੀ ਨੇ ਆਖਿਆ, ਨਾ ਉਹ ਮਰੇ ਨਾ ਠਾਕੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ, ਉਹਨਾਂ ਦਾ ਪਰਿਵਾਰ ਸਿੰਘ ਸਾਹਿਬ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਕੈਪਟਨ ਹਰਚਰਨ ਸਿੰਘ ਜੀ ਰੋਡੇ ਤੇ ਸਮੂਹ ਨਗਰ ਨਿਵਾਸੀਆਂ ਨੇ ਜੋ ਉਪਰਾਲਾ ਕੀਤਾ, ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਟੂਰਨਾਮੈਂਟ ਕਰਵਾਉਣ ਦਾ, ਇੱਥੇ ਟੂਰਨਾਮੈਂਟ ਨੂੰ ਸਹਿਯੋਗ ਦੇ ਇੰਟਰਨੈਸ਼ਨਲ ਪੰਥਕ ਦਲ ਜਿਹਦੇ ਬਾਨੀ ਸਿੰਘ ਸਾਹਿਬ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਨੇ, ਉਹਨਾਂ ਦੇ ਮੈਂਬਰ ਸਾਹਿਬ ਪਰਮਜੀਤ ਸਿੰਘ ਜੀ ਢਾਡੀ, ਬਲਵੀਰ ਸਿੰਘ ਜੀ ਰੰਧਾਵਾ, ਰਘਵੀਰ ਸਿੰਘ ਜੀ ਮਾਲੜੀ, ਬਲਵੀਰ ਸਿੰਘ ਜੀ ਸੋਹਲ, ਰਜਿੰਦਰ ਸਿੰਘ ਜੀ ਸ਼ੇਰਾ ਤੇ ਹੋਰ ਸੱਜਣ ਯੂਕੇ ਤੋਂ ਚੱਲ ਕੇ ਉਚੇਚੇ ਤੌਰ ਤੇ ਆਏ ਨੇ। ਜੋ ਸੈਕਿੰਡ ਪ੍ਰਾਈਜ਼ ਦਾ ਇਨਾਮ ਹੈ 75,000 ਰੁਪਈਏ ਦਾ, ਉਹ ਵੀ ਉਹਨਾਂ ਵੱਲੋਂ ਸਪੋਂਸਰ ਕੀਤਾ ਗਿਆ। ਉੱਥੇ ਮੈਂ ਸਾਹਿਬ ਸੁਖਬੀਰ ਸਿੰਘ ਜੀ ਬਾਦਲ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਦੀ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ, ਜਿਹਨਾਂ ਨੇ ਸਿੱਖ ਵਿਰਸੇ ਦੀ ਯਾਦਗਾਰ ਜਿੱਥੇ ਅਨੰਦਪੁਰ ਸਾਹਿਬ ਵਿੱਚ ਬਣਾਈ, ਅੰਮ੍ਰਿਤਸਰ ਸਾਹਿਬ ਵਿੱਚ 1984 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੀ, ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਬੰਦਾ ਸਿੰਘ ਬਹਾਦਰ ਦੀ ਯਾਦ, ਸਾਡਾ ਉਹ ਭੁੱਲਿਆ ਵਿਸਰਿਆ ਇਤਿਹਾਸ, ਉਹ ਯਾਦਗਾਰਾਂ ਸਥਾਪਿਤ ਕੀਤੀਆਂ ਜੋ ਸਾਡੀ ਕੌਮ ਨੂੰ ਸਦੀਵ ਕਾਲ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿਣਗੀਆਂ। ਉੱਥੇ ਉਹ ਕਬੱਡੀ ਜਿਹਨੂੰ ਕੌਡੀਆਂ ਦੀ ਕਬੱਡੀ ਕਹਿੰਦੇ ਸਨ, ਖਿਡਾਰੀ ਆਮ ਤੌਰ 'ਤੇ ਪਿੰਡੇ 'ਤੇ ਰਗੜਾਂ ਲੈ ਕੇ ਜਾਣ ਤੋਂ ਬਗੈਰ ਹੋਰ ਕੁਝ ਨਹੀਂ ਸੀ ਹੁੰਦਾ, ਉਹ ਕਰੋੜਾਂ ਦੀ ਕਰ ਦਿੱਤੀ। ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਸਮੁੱਚੇ ਰੂਪ ਵਿੱਚ ਆਪਾਂ ਜੁੜ ਬੈਠੇ ਹਾਂ। ਉੱਥੇ ਮੈਂ ਉਚੇਚੇ ਤੌਰ 'ਤੇ ਸਾਰਿਆਂ ਨੂੰ ਬੇਨਤੀ ਕਰਾਂਗਾ, ਸਿੰਘੋ ਸਾਡੇ ਨਾਲ ਸਰਕਾਰਾਂ ਦਾ ਚੱਕਰ ਲੱਗੀ ਹੋਈ ਹੈ, ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀਟ ਤੇ ਜਿੱਥੇ ਸੰਤ ਸਮਾਜ ਦੇ ਪ੍ਰਧਾਨ ਵੀ ਨੇ, ਉਹਨਾਂ ਦੀ ਸਰਪ੍ਰਸਤੀ ਹੇਠ ਸਿੰਘ ਸਾਹਿਬ, ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਤੇ ਉਹਨਾਂ ਦੇ ਨਾਲ ਦੇ ਸਹਿਯੋਗੀ, ਜੋ ਇਸ ਮੌਕੇ ਦੀ ਸਰਕਾਰ ਨੂੰ ਵੀ ਜੋ ਸਹਿਯੋਗ ਦੇ ਕੇ ਜੋ ਦਿੱਲੀ 'ਤੇ ਫਤਿਹ ਕੀਤੀ ਹੈ, ਜੋ ਇੱਥੇ ਵੀ ਆਪਾਂ ਚੋਣਾਂ ਲੜੀਆਂ ਨੇ, ਅਗਾਂਹ ਲਈ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਕਰਨਾ,
ਮੈਂ ਬੇਨਤੀ ਕਰਾਂਗਾ ਜੇ ਅੱਜ ਉਹਨਾਂ ਦੀ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਆਪਾਂ ਹੋਏ ਹਾਂ, ਮਹਾਂਪੁਰਖਾਂ ਦੀ ਯਾਦ ਵਿੱਚ ਬੈਠੇ ਸਿੰਘੋ ਗੱਲ ਮਨ ਵਿੱਚ ਧਾਰ ਲਓ, ਜੇ ਤੁਸੀਂ ਤਰਤੀਬ ਵਿੱਚ ਤੁਰ ਪਏ ਤਰਾਨਾ ਬਦਲ ਜਾਵੇਗਾ, ਦੁਸ਼ਮਣ ਬਦਲ ਜਾਵਣਗੇ, ਜਰਾਨਾ ਬਦਲ ਜਾਵੇਗਾ। ਤੁਸਾਂ ਜੇ ਏਕਤਾ ਰੱਖੀ ਤੇ ਡੁੱਲੇ ਖੂਨ ਦਾ ਸਦਕਾ ਸਦਕਾ ਇੱਕ ਇਨਕਲਾਬ ਆਵੇਗਾ, ਜ਼ਮਾਨਾ ਬਦਲ ਜਾਵੇਗਾ। ਅੱਜ ਲੋੜ ਹੈ ਸਾਡੀ ਇੱਕਜੁੱਟ ਹੋ ਕੇ ਉਹਨਾਂ ਤਾਕਤਾਂ ਦੇ ਅਗੇਂਸਟ, ਉਹ ਤਾਕਤਾਂ ਜਿਹੜੀਆਂ ਸਿੱਖ ਔਰ ਸਿੱਖੀ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ, ਉਹਨਾਂ ਦੇ ਵਿਰੋਧ ਵਿੱਚ ਆਪਾਂ ਡਟ ਕੇ ਤੁਰੀਏ। ਸਾਰਿਆਂ ਨੂੰ ਜਿਉ ਆਇਆ ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਭਾਈ ਹਰਵਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਸੰਖੇਪ ਸਮੇਂ ਦੇ ਵਿੱਚ ਬਾਹਰੋਂ ਆਈਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਨੂੰ, ਉਲਾਂਕਾ ਨਿਵਾਸੀਆਂ ਨੂੰ, ਖਿਡਾਰੀਆਂ ਨੂੰ, ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਆ। ਸੋ ਦਾਸ ਦਲਜੀਤ ਸਿੰਘ ਸਾਹਿਬ ਦੇ ਨਾਲ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਤੋਤਾ ਸਿੰਘ ਜੀ, ਜੋ ਕਿ ਸਾਡੇ ਜ਼ਿਲ੍ਹੇ ਦਾ ਹੀ ਨਹੀਂ ਪੂਰੇ ਪੰਜਾਬ ਦਾ ਮਾਣ ਹਨ, ਉਹ ਵੀ ਉਹਨਾਂ ਦੇ ਨਾਲ ਪਹੁੰਚੇ ਹਨ, ਉਹਨਾਂ ਦਾ ਵੀ ਦਾਸ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ। ਮੈਂ ਸਿਰਫ ਆਪ ਜੀ ਨੇ 2-3 ਮਿੰਟ ਲੈਣੇ ਆ, ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਸੰਗਤ ਨੂੰ ਸੰਬੋਧਨ ਕਰਨਗੇ, ਜੋ ਨਗਰ ਵੱਲੋਂ ਨਗਰ ਦੀਆਂ 4 ਪੰਚਾਇਤਾਂ ਹਨ, ਪੰਚਾਇਤਾਂ ਵੱਲੋਂ ਜੋ ਪਿੰਡ ਦੀ ਸਮੱਸਿਆ ਹੈ, ਇਲਾਕੇ ਦੀ ਸਾਡੇ ਦੀ ਸਮੱਸਿਆ ਹੈ, ਉਹਦਾ ਇੱਕ ਡਿਮਾਂਡ ਪੱਤਰ ਮੰਗ ਪੱਤਰ ਜੋ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪਿਆ ਗਿਆ ਹੈ। ਸੋ ਇੱਥੋਂ ਸੰਬੋਧਨ ਕਰਨ ਤੋਂ ਬਾਅਦ ਮੌਕੇ ਤੇ ਖੇਡ ਦੀ ਟੀਮ ਨਾਲ ਜਾਣ ਪਛਾਣ ਡਿਪਟੀ ਸੀਐਮ ਸਾਹਿਬ ਕਰਨਗੇ, ਉਸ ਤੋਂ ਬਾਅਦ ਉਹਨਾਂ ਨੇ ਜਲਦੀ ਇੱਥੋਂ ਰਵਾਨਗੀ ਲੈ ਲੈਣੀ ਹੈ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਇਹ ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ ਇਹ ਇੱਕ ਬਹੁਤ ਨੀਵਾਂ ਟੋਆ ਸੀ, ਨਗਰ ਨੇ ਲਿਖਤੀ ਰੂਪ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਇਹ ਲਿਖਤ ਪੱਤਰ ਸੌਂਪ ਦਿੱਤਾ ਕਿ ਬਾਬਾ ਜੀ ਤੁਸੀਂ ਇਸ ਸਥਾਨ ਨੂੰ ਸਾਂਭੋ ਅਤੇ ਇਸ ਸਥਾਨ ਤੇ ਜੋ ਤੁਸੀਂ ਚਾਹੋ ਉਸਦੇ ਲਈ ਵਿਕਾਸ ਕਰ ਸਕਦੇ ਹੋ। ਸੋ ਇਲਾਕੇ ਦੀ ਸਲਾਹ ਦੇ ਨਾਲ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੇ ਇੱਥੇ ਸਰਪੰਚ ਹਰਜੀਤ ਸਿੰਘ, ਭਾਈ ਜਗਤਾਰ ਸਿੰਘ, ਕੈਪਟਨ ਹਰਚਰਨ ਸਿੰਘ, ਜੋ ਮਹਾਂਪੁਰਖਾਂ ਦੇ ਪਰਿਵਾਰ ਵਿੱਚੋਂ ਇੱਥੇ ਮੁੱਖ ਤੌਰ 'ਤੇ ਸਾਡਾ ਪਰਿਵਾਰ ਰਹਿ ਰਿਹਾ ਸੀ, ਨਾਲ ਸਮੁੱਚੇ ਨਗਰ ਨੂੰ ਲੈ ਕੇ ਸਾਰੀਆਂ ਪੰਚਾਇਤਾਂ ਨੂੰ ਲੈ ਕੇ ਉਹਨਾਂ ਦੀ ਡਿਊਟੀ ਲਾਈ ਕਿ ਇਹ ਸਥਾਨ ਨੂੰ ਪੱਧਰਾ ਕੀਤਾ ਜਾਵੇ। ਇੱਥੇ ਬਹੁਤ ਵੱਡੀ ਭਰਤੀ ਪਈ, ਲਗਭਗ 12-13 ਲੱਖ ਰੁਪਈਆ ਇਸ ਸਥਾਨ ਨੂੰ ਠੀਕ ਕਰਦਿਆਂ ਹੋਇਆ ਲੱਗਿਆ। ਉਸ ਤੋਂ ਬਾਅਦ ਸਤਿਕਾਰਯੋਗ ਬਾਬਾ ਜੀ ਨੇ ਪੰਜਾਬ ਸਰਕਾਰ ਕੋਲ ਦੀ ਮੰਗ ਰੱਖੀ ਕਿ ਅਸੀਂ ਇੱਥੇ ਖੇਡ ਸਟੇਡੀਅਮ ਬਣਾਉਣਾ ਚਾਹੁੰਦੇ ਹਾਂ, ਜਿਹੜਾ ਕਿ 20ਵੀਂ ਸਦੀ ਦੇ ਮਹਾਨ ਜਰਨੈਲ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਦੇ ਨਾਂ ਨੂੰ ਸਮਰਪਿਤ ਹੋਵੇਗਾ। ਇਸ ਇਲਾਕੇ ਦੇ ਵਿੱਚ ਅਸੀਂ ਬਹੁਤ ਵੱਡਾ ਸਟੇਡੀਅਮ ਉਸਾਰਨਾ ਚਾਹੁੰਦੇ ਹਾਂ, ਤਾਂ ਇੱਥੇ ਬੈਠੇ ਨੇ ਸਰਦਾਰ ਬਾਦਲ ਸਾਹਿਬ, ਇਹਨਾਂ ਨੇ 25 ਲੱਖ ਰੁਪਈਆ ਆਪਣੀ ਪ੍ਰਸ਼ਾਸਨ ਦੇ ਰਾਹੀਂ ਭੇਜ ਕੇ ਨਗਰ ਪੰਚਾਇਤ ਨੂੰ ਮਨਜ਼ੂਰ ਕੀਤਾ, ਜਿਹੜਾ ਕਿ ਤੁਸੀਂ ਦੇਖ ਰਹੇ ਹੋ, ਜਿਸ ਸਥਾਨ ਤੇ ਅਸੀਂ ਖੜੇ ਹਾਂ ਮੈਂ ਜਿੱਥੋਂ ਬੋਲ ਰਿਹਾ, ਇਹ ਸਾਰੀ ਸਟੇਜ ਤਿਆਰ ਹੋਈ ਤੇ ਪਿਛਲੀ ਵਾਰੀ
ਇੱਥੇ ਕੈਬਨਿਟ ਮੰਤਰੀ ਸਰਦਾਰ ਅਜੀਤ ਸਿੰਘ ਕੁਹਾੜ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਭੇਜਿਆ ਸੀ, ਜਿਹੜੇ ਕਿ 1 ਕਰੋੜ ਰੁਪਏ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਇੱਥੇ ਕਰਕੇ ਗਏ ਸਨ ਡਿਪਟੀ ਸੀ ਐਮ ਸਾਹਿਬ ਦੇ ਕਹਿਣ ਤੇ। ਸੋ ਮੈਂ ਰਸਤੇ ਵਿੱਚ ਇਹਨਾਂ ਨੂੰ ਬਾਦਲ ਸਾਹਿਬ ਨੂੰ ਇਹ ਗੱਲ ਦੱਸੀ ਸੀ ਕਿ ਆਹ ਜਿਹੜਾ ਸਟੇਡੀਅਮ ਬਣ ਰਿਹਾ ਹੈ ਇਹਦੇ ਤੋਂ ਇਲਾਵਾ ਜੋ ਇੱਥੇ ਦੀ ਯਾਦ 'ਚ ਗੇਟ ਬਣਾਏ ਜਾ ਰਹੇ ਨੇ, ਸੁੰਦਰ ਗੁਰਦੁਆਰਾ ਸਾਹਿਬ ਜਨਮ ਸਥਾਨ ਬਣਾਇਆ ਗਿਆ ਹੈ, ਇਹ ਸਮੁੱਚਾ ਇਲਾਕਾ ਮਹਾਂਪੁਰਖਾਂ ਦੀ ਯਾਦ ਨਾਲ ਜੁੜਿਆ ਗਿਆ ਹੋਇਆ ਹੈ। ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੈਨਲ ਦੇ ਰਾਹੀਂ ਇਸ ਦ੍ਰਿਸ਼ ਨੂੰ ਸਿੱਖ ਸੰਗਤਾਂ ਦੇਖ ਰਹੀਆਂ ਹੈ। ਜੋ ਇਹ 5 ਏਕੜ ਜ਼ਮੀਨ ਜੋ ਹੈ ਇਹ ਸੰਤ ਖਾਲਸਾ ਸਟੇਡੀਅਮ ਦੇ ਨਾਮ ਦੇ ਨਾਲ ਲਿਖਤੀ ਰੂਪ ਦੇ ਵਿੱਚ ਸੌਂਪੀ ਗਈ ਹੈ, ਜੋ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਸਰਪ੍ਰਸਤੀ ਹੇਠ ਇਹ ਸਾਰਾ ਪ੍ਰਬੰਧ ਚੱਲ ਰਿਹਾ ਹੈ। ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ, ਅਸਲ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਜਨਮ 2 ਜੂਨ 1947 ਨੂੰ ਹੋਇਆ ਸੀ। 2 ਜੂਨ 1947 ਇਹ ਸਮੇਂ ਦੇ ਲਿਹਾਜ਼ ਦੇ ਨਾਲ ਖੇਡਾਂ ਜਾਂ ਇਹ ਪ੍ਰਬੰਧ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਜਾ ਰਿਹਾ, ਪਰ ਅਸਲ ਵਿੱਚ ਉਹ ਜਨਮ ਦਿਹਾੜਾ ਉਹ 2 ਜੂਨ 1947 ਆ। ਸੋ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਦਾ ਕਹਿਣਾ ਹੈ ਕਿ ਇਸ ਨੂੰ ਚੰਗੀ ਤਰ੍ਹਾਂ ਮੁਕੰਮਲ ਕਰੋ, ਕੇਵਲ ਖੇਡਾਂ ਨਹੀਂ ਵੱਡੇ ਧਾਰਮਿਕ ਪ੍ਰੋਗਰਾਮ ਆਪਾਂ ਇਸ ਸਥਾਨ ਤੋਂ ਆਰੰਭ ਕਰਾਂਗੇ। ਐਰਕੀ 2 ਜੂਨ ਜਿਹੜਾ ਆ ਰਿਹਾ 2013 ਚ, ਉਹ 2 ਜੂਨ ਨੂੰ, 3 ਜੂਨ ਨੂੰ ਤੇ 1 ਜੂਨ ਨੂੰ ਇੱਥੇ 3 ਦਿਨ ਦਾ ਧਾਰਮਿਕ ਸਮਾਗਮ ਆਰੰਭ ਕਰਕੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਧਾਰਮਿਕ ਸਰਗਰਮੀ ਦਾ ਵੀ ਕੇਂਦਰ ਬਣਾਇਆ ਜਾਵੇਗਾ। ਯਾਦ ਰਹੇ ਕਿ ਹਰ ਸੰਗਰਾਂਦ ਨੂੰ ਮਹਾਂਪੁਰਖਾਂ ਦੇ ਜਨਮ ਸਥਾਨ ਤੇ ਠੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਕੱਲ ਵੀ ਇੱਥੇ 30 ਪ੍ਰਾਣੀਆਂ ਨੇ ਠੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਵਾਲੇ